ਇਸ ਨਾਸ਼ਪਤੀ ਵਾਲੇ ਪਾਸੇ ਦੂਸਰੀਆਂ ਫਸਲਾਂ ਛੱਡ ਕੇ, ਕਣਕ ਝੋਨਾ ਛੱਡ ਕੇ ਇੱਥੇ ਆਇਆ। ਜੇ ਆਪਾਂ ਨਾਸ਼ਪਤੀ ਦੀ ਬੂਟਿਆਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਅਤੇ ਕਣਕ ਝੋਨੇ ਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ। ਸਾਰੀ ਸਾਂਭ ਸੰਭਾਲ ਆਪ ਕਰਦੇ ਹਾਂ ਜੀ, ਅਸੀਂ ਇਹਦੀਆਂ ਸਪਰੇਆਂ, ਰੇਹਾਂ, ਗਡਾਈਆਂ ਜੋ ਵੀ ਹੈਗਾ ਨਾ, ਆਲਮੋਸਟ ਸਾਰਾ ਕੁਛ ਆਪ। ਜ਼ਿਆਦਾ ਤੋਂ ਜ਼ਿਆਦਾ ਪਾਣੀ ਅਸੀਂ ਨਹਿਰੀ ਯੂਜ ਕਰਦੇ ਹਾਂ। ਸਾਡੇ ਕੋਲ ਮੋਟਰਾਂ ਵੀ 6 ਹੈਗੀਆਂ, ਪਰ ਮੋਟਰਾਂ ਅਸੀਂ ਨਹੀਂ ਚਲਾਉਂਦੇ। ਇਹ ਫਰੂਟ ਜਿਹੜਾ ਵਾ, ਤੁਸੀਂ ਸੇਬ ਲੈ ਲਓ, ਦੂਜਾ ਕੋਈ ਵੀ ਚੀਜ਼ ਲੈ ਲਓ, ਉਹਨਾਂ ਸਾਰਿਆਂ ਨੂੰ ਜ਼ਿਆਦਾ ਬਿਹਤਰ ਆ। ਬਿਲਕੁਲ ਜੀ, ਮਿਹਨਤ ਤਾਂ ਕਰਨੀ ਪੈਂਦੀ ਹੈ। ਜੇ ਤੁਸੀਂ ਚੰਗਾ ਲੈਣਾ ਤਾਂ ਮਿਹਨਤ ਤੁਹਾਨੂੰ ਕਰਨੀ ਪਊਗੀ। ਝੋਨੇ ਫਸਲ ਤੋਂ ਨਿਕਲ ਕੇ ਆਪਾਂ ਬਾਗਬਾਨੀ ਵੱਲ ਆਏ। ਬਾਗਬਾਨੀ ਵੱਲ ਆ ਕੇ ਆਪਾਂ ਬਾਗਬਾਨੀ ਸ਼ੁਰੂ ਕੀਤੀ। ਬਾਗਬਾਨੀ 'ਚ ਫਿਰ ਦੂਜੀ ਚੀਜ਼ ਆ ਗਈ ਮਾਰਕੀਟਿੰਗ। ਇੱਕ ਤਾਂ ਲੋਕ ਆ ਪੈਲੀ ਠੇਕੇ 'ਤੇ ਦੇ ਦਿੰਦੇ ਆ ਠੇਕੇਦਾਰ ਨੂੰ, ਉਹ ਬਾਗ ਦਾ ਨੁਕਸਾਨ ਵੀ ਕਰ ਜਾਂਦਾ ਵਾ, ਟਾਣ ਵੀ ਤੁਹਾਡੇ ਟੁੱਟ ਜਾਂਦੇ ਨੇ, ਇਨਕਮ ਵੀ ਤੁਹਾਨੂੰ ਉੱਨੀ ਨਹੀਂ ਹੁੰਦੀ ਜਿੰਨੀ ਤੁਸੀਂ ਆਪ ਕਰ ਲੈਣੀ। ਕਣਕ ਝੋਨਾ ਦੇ ਵੇਖਣ ਨੂੰ ਵੀ ਜੀ ਨਹੀਂ ਕਰਦਾ, 60-70 ਹਜ਼ਾਰ ਨਾਲ ਕੀ ਬਣਦਾ ਜਿੱਥੇ ਲੱਖਾਂ ਦੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਇੱਥੋਂ ਦੀ ਜਿਹੜੀ ਜ਼ਮੀਨ ਆ ਉਹ ਸੂਟੇਬਲ ਆ ਨਾਖ ਵਾਸਤੇ, ਅੰਮ੍ਰਿਤਸਰ ਅਤੇ ਤਰਨ ਤਾਰਨ। ਵਿਟਾਮਿਨ ਸੀ ਆਉਂਦਾ ਜੀ, ਆਇਰਨ ਮਿਲਦਾ ਜੀ, ਵਿਟਾਮਿਨ ਡੀ ਮਿਲਦਾ, ਸਾਰੇ ਨਿਊਟ੍ਰੈਂਟਸ ਇਹਦੇ ਵਿੱਚ ਹੈਗੇ ਨੇ, ਜਿੰਨੇ ਆਲ ਦੂਜੇ ਫਰੂਟਾਂ 'ਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਆ। ਪੰਜਾਬ ਸੂਬਾ ਆਪਣੀ ਖੇਤੀਬਾੜੀ ਵਾਸਤੇ ਜਾਣਿਆ ਜਾਂਦਾ ਹੈ, ਤਾਂ ਪੂਰੇ ਦੁਨੀਆ ਦੇ ਵਿੱਚ ਆਪਣੀ ਖੇਤੀ ਦੇ ਨਾਲ ਇੱਕ ਵੱਖਰੀ ਪਹਿਚਾਣ ਬਣਾਈ ਹੈ। ਪਰ ਅੱਜ ਅਸੀਂ ਤੁਹਾਨੂੰ ਗੱਲ ਕਰ ਰਹੇ ਹਾਂ ਪੰਜਾਬ ਦੀ ਇੱਕ ਐਸੀ ਫਸਲ ਦੀ ਜਿਸ ਦੀ ਵਿਕਰੀ ਪੂਰੇ ਦੇਸ਼ 'ਚ ਹੁੰਦੀ ਹੈ, ਔਰ ਉਹ ਫਸਲ ਕੇਵਲ ਅੰਮ੍ਰਿਤਸਰ ਦੇ ਵਿੱਚ ਹੁੰਦੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਨਾਸ਼ਪਤੀ, ਜਿਸ ਨੂੰ ਕਿ ਪੱਥਰ ਨਾਖ ਜਾਂ ਪੰਜਾਬੀ ਨਾਖ ਵੀ ਕਿਹਾ ਜਾਂਦਾ ਹੈ, ਔਰ ਨਾਖ ਦੀ ਇੱਕ ਵੱਡੇ ਪੱਧਰ ਦਾ ਉਤਪਾਦਨ ਜਿਹੜਾ ਹੈ ਉਹ ਅੰਮ੍ਰਿਤਸਰ ਅਤੇ ਤਰਨ ਤਾਰਨ 'ਚ ਹੁੰਦਾ ਹੈ। ਤਾਂ ਇਸ ਦੇ ਇੱਕ ਸਫਲਤਮ ਕਿਸਾਨ ਦੇ ਨਾਲ ਤੁਹਾਡੀ ਅੱਜ ਅਸੀਂ ਗੱਲਬਾਤ ਕਰਾਉਣ ਜਾ ਰਹੇ ਹਾਂ, ਜੋ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਸ ਦੇ ਰਾਖੇ ਮੰਨੇ ਜਾ ਰਹੇ ਨੇ। ਪਾਣੀ ਦਾ ਇਸਤੇਮਾਲ ਕਰਦੇ ਨੇ, ਉਹ ਵੀ ਨਹਿਰੀ ਪਾਣੀ ਵਰਤਦੇ ਨੇ, ਅਤੇ ਇਸ ਤੋਂ ਇਲਾਵਾ ਕਣਕ ਝੋਨੇ ਨਾਲੋਂ ਵੀ ਵੱਧ ਪੈਸਾ ਕਮਾਉਂਦੇ ਨੇ। ਜੀ ਹਾਂ, ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਇੱਕ ਬਹੁਤ ਪ੍ਰੋਗਰੈਸਿਵ ਫਾਰਮਰ ਨੇ, ਸਰਦਾਰ ਮਕਤੂਲ ਸਿੰਘ ਜੀ, ਜੋ ਕਿ ਕਣਕ ਝੋਨਾ ਛੱਡ ਇਸ ਵੇਲੇ ਨਾਖ ਦੇ ਇੱਕ ਸਫਲ ਵਪਾਰੀ ਦੇ ਤੌਰ ਦੇ ਉੱਤੇ ਜਾਣੇ ਜਾ ਰਹੇ ਨੇ, ਔਰ ਨਾਖ ਦੇ ਇਹਨਾਂ ਦੇ ਆਪਣੇ ਬਾਗ ਨੇ, ਔਰ ਇਹਨਾਂ ਦੀ ਨਾਖ ਇਕੱਲੇ ਅੰਮ੍ਰਿਤਸਰ 'ਚ ਨਹੀਂ ਬਲਕਿ ਬੰਗਾਲ ਤੱਕਣ ਜਾਂਦੀ ਹੈ, ਔਰ ਕਿਹਾ ਜਾਂਦਾ ਹੈ ਕਿ ਦੁਰਗਾ ਪੂਜਾ 'ਚ ਇਸ ਨੂੰ ਇੱਕ ਪ੍ਰਸ਼ਾਦ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਜਿਹੜੀ ਨਾਖ ਤੁਸੀਂ ਇਸ ਵੇਲੇ ਆਪਣੀ ਟੀ ਵੀ ਸਕਰੀਨ 'ਤੇ ਵੇਖ ਰਹੇ ਹੋ। ਔਰ ਅੱਜ ਅਸੀਂ ਗੱਲਬਾਤ ਕਰਾਂਗੇ ਔਰ ਇਹਨਾਂ ਨਾਲ ਜਾਣਾਂਗੇ ਕਿ ਆਖਿਰਕਾਰ ਕਿੰਨੀ ਕੁ ਕਾਰਗਰ ਹੈ ਇਹ ਨਾਖ, ਔਰ ਕਿਵੇਂ ਇਸ ਦਾ ਸ਼ੁਰੂਆਤ ਕੀਤੀ ਜਾ ਸਕਦੀ ਹੈ। ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕਿਵੇਂ ਸਫ਼ਰ ਸ਼ੁਰੂ ਹੋਇਆ, ਔਰ ਅਸੀਂ ਇੱਕ ਸੀ ਦੇਖਦੇ ਹਾਂ ਕਿ ਖਾਸ ਕਰਕੇ ਕਣਕ ਝੋਨਾ, ਖਾਸ ਕਰਕੇ ਬਾਰਡਰ ਬੈਲਟ ਦੇ ਉੱਤੇ ਇਹਦੇ ਫਾਰਮਰ ਬਿਲਕੁਲ ਜਿਹੜਾ ਹੈ ਉਹ ਕਣਕ ਝੋਨੇ 'ਤੇ ਡਿਪੈਂਡੈਂਟ ਹੈ, ਪਰ ਤੁਸੀਂ ਇੱਕ ਨਾਖ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਹੋ, ਕੀ ਕਹਿਣਾ ਚਾਹੋਗੇ? ਮੇਰਾ ਨਾਮ ਮਖਤੂਲ ਸਿੰਘ ਆ ਜੀ, ਸਾਡਾ ਪਿੰਡ ਚਵੰਡਾ ਖੁਰਦ, ਥਾਣਾ ਲੋਪੋਕੀ, ਜ਼ਿਲ੍ਹਾ ਅੰਮ੍ਰਿਤਸਰ ਹੈ ਜੀ। ਜੀ, ਮੈਂ ਇੱਥੇ 35 ਕਿੱਲੇ ਜਿਹੜਾ ਨਾਸ਼ਪਤੀ ਦਾ ਬਾਗ ਲਗਾਇਆ ਹੋਇਆ, ਅਤੇ ਮੈਂ 2007 'ਚ ਇਹਦੀ ਸ਼ੁਰੂਆਤ ਕੀਤੀ ਸੀ। 2007 'ਚ ਕੀ ਕੀਤਾ? ਅੱਛਾ ਜੀ, ਮੈਂ 2007 'ਚ ਇਸ ਨਾਸ਼ਪਤੀ ਵਾਲੇ ਪਾਸੇ ਦੂਸਰੀਆਂ ਫਸਲਾਂ ਛੱਡ ਕੇ, ਕਣਕ ਝੋਨਾ ਛੱਡ ਕੇ ਇੱਥੇ ਆਇਆ। 2007 ਦੇ ਵਿੱਚ ਮੈਂ 8 ਕਿੱਲੇ ਬਾਗ ਲਾਇਆ, 2008 ਦੇ ਵਿੱਚ ਫਿਰ ਮੈਂ 7 ਕਿੱਲੇ ਬਾਗ ਲਾਇਆ, ਉਸ ਤੋਂ ਬਾਅਦ ਹੌਲੀ ਹੌਲੀ ਮੈਂ ਹਰ ਸਾਲ 2 ਸਾਲ ਬਾਅਦ ਨਾਸ਼ਪਤੀ ਦੇ ਬਾਗ ਲਾਉਂਦਾ ਰਿਹਾ। ਇਸ ਵੇਲੇ ਮੇਰੇ ਕੋਲ 35 ਏਕੜ ਜਿਹੜਾ ਨਾਸ਼ਪਤੀ ਦਾ ਬਾਗ ਆ, ਜਿਹਦੇ ਵਿੱਚੋਂ 31 ਕਿੱਲੇ ਜਿਹੜਾ ਵਾ ਆਲਮੋਸਟ ਫਲ ਦੇ ਰਿਹਾ ਵਾ, ਅਤੇ ਬਾਕੀ 4 ਕਿੱਲੇ ਜਿਹੜਾ ਉਹ ਅਜੇ ਛੋਟਾ। ਤਾਂ ਸਫ਼ਰ ਦੇ ਵਿੱਚ ਕਿੰਨਾ ਕੁ ਕਾਰਗਰ ਮੰਨਿਆ ਜਾਂਦਾ, ਖਾਸ ਕਰਕੇ ਨਾਖ ਦੀ ਗੱਲ ਕਰੀਏ ਤਾਂ ਕਿਵੇਂ ਕਿੰਨਾ ਕਾਰਗਰ ਮੰਨਿਆ ਜਾਂਦਾ?
ਦੇਖੋ ਜੀ, ਜਿਹੜਾ ਨਾਸ਼ਪਤੀ ਦੀ ਗੱਲ ਆ, ਇਹਦਾ ਜੇ ਆਪਾਂ ਨਾਸ਼ਪਤੀ ਦੀ ਬੂਟਿਆਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਅਤੇ ਕਣਕ ਝੋਨੇ ਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ ਜੀ। ਕਣਕ ਝੋਨਾ ਇਹਦੇ ਲਾਗੇ ਵੀ ਨਹੀਂ ਲੱਗਦਾ, ਜਦੋਂ ਆਪਾਂ ਇਹਦੀ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਵੀ ਇਹ ਕਿੱਦਾਂ, ਕਿੰਨੀ ਇਹਦੀ ਆਮਦਨ ਆ, ਕਿਹੜੇ ਹਿਸਾਬ ਨਾਲ ਆਪਾਂ ਇਹਦੀ ਤੜਾਈ ਕਰਦੇ ਹਾਂ, ਕਿਹੜੇ ਹਿਸਾਬ ਨਾਲ ਮਾਰਕੀਟਿੰਗ ਕਰਦੇ ਹਾਂ। 5 ਕਿੱਲੇ ਦੀ ਗੱਲ ਕਰ ਲਈਏ, ਕਿਉਂਕਿ 5 ਕਿੱਲੇ ਦਾ ਕਿਸਾਨ ਇੱਕ ਛੋਟਾ ਕਿਸਾਨ ਮੰਨਿਆ ਜਾਂਦਾ, ਉਹਦੇ ਮੁਕਾਬਲੇ ਕਿੰਨੀ ਕੁ ਇਹਦੇ ਵਿੱਚ ਜਿਹੜੀ ਬੱਚਤ ਹੋ ਜਾਂਦੀ ਹੈ? ਦੇਖੋ ਜੀ, ਆਪਾਂ 5 ਕਿੱਲੇ ਦੀ ਵੀ ਗੱਲ ਕਰ ਲਈਏ, ਅਤੇ ਅੱਜ ਕੱਲ੍ਹ ਹਰ ਬਾਗ ਠੇਕੇਦਾਰ ਦੇ ਕੋਲ ਆ। ਜੇ ਆਪਾਂ ਚੰਗਾ ਕਈ ਬਾਗ ਠੇਕੇਦਾਰ ਨੇ ਲਿਆ ਹੋਇਆ, ਤਾਂ ਠੇਕੇਦਾਰ ਵੀ 3 ਲੱਖ ਰੁਪਈਆ ਕਿੱਲੇ ਦਾ ਦੇ ਰਿਹਾ ਠੇਕਾ, ਅਤੇ ਜੇ ਕੋਈ ਮਾਰਕੀਟਿੰਗ ਖੁਦ ਕਰੇਗਾ ਤਾਂ ਉਹ 1-1.5 ਲੱਖ ਤੋਂ ਵੱਧ ਕਮਾਏਗਾ ਹੀ। ਅਸੀਂ 2007 ਤੋਂ ਜਦੋਂ ਬਾਗ ਲਾਇਆ, ਅਤੇ 5-6 ਸਾਲ ਬਾਅਦ ਜਦੋਂ ਉਹਨੇ ਫਲ ਸ਼ੁਰੂ ਦੇਣਾ ਕੀਤਾ, ਅਸੀਂ ਉਦੋਂ ਤੋਂ ਮਾਰਕੀਟਿੰਗ ਖੁਦ ਕਰ ਰਹੇ ਹਾਂ ਜੀ। ਅਸੀਂ ਸਾਰਾ ਹੀ ਫਰੂਟ ਕਲਕੱਤੇ ਵੇਚਦੇ ਹਾਂ। ਮੇਰਾ ਬੇਟਾ ਮਾਸਟਰ ਡਿਗਰੀ ਕੀਤੀ ਹੋਈ ਆ, ਉਹਨੇ ਉਹ 2 ਮਹੀਨੇ ਕਲਕੱਤੇ ਵੇਚਦਾ ਵਾ, ਅਤੇ ਉਹ ਸਾਰਾ ਹੀ ਫਰੂਟ ਜਿਹੜਾ ਸਾਡਾ ਕਲਕੱਤੇ ਜਾਂਦਾ ਜੀ। ਅੱਛਾ, ਤੁਸੀਂ ਮਾਰਕੀਟਿੰਗ ਖੁਦ ਕਰਦੇ? ਖੁਦ ਮਾਰਕੀਟ ਕਰਦੇ ਜੀ। ਅਸੀਂ ਪੰਜਾਬ ਦੇ ਪਹਿਲੇ ਕਿਸਾਨ ਹਾਂ ਜਿਨ੍ਹਾਂ ਨੇ ਕਿਸਾਨਾਂ ਨੇ ਮਾਰਕੀਟ ਕਰਨੀ ਸ਼ੁਰੂ ਕੀਤੀ। ਨਹੀਂ, ਨਵੀਂ ਮਾਰਕੀਟ ਦੀ ਸ਼ੁਰੂਆਤ ਕੀਤੀ ਕਿਸਾਨੀ ਮਾਰਕੀਟ ਦੀ? ਬਿਲਕੁਲ ਜੀ, ਪਹਿਲਾਂ ਸਾਰਾ ਬਾਗ ਠੇਕੇਦਾਰਾਂ ਕੋਲ ਹੁੰਦਾ ਸੀ। ਠੇਕੇਦਾਰ ਆਪਣੇ ਹਿਸਾਬ ਨਾਲ ਜ਼ਿਮੀਦਾਰ ਨੂੰ ਪੈਸੇ ਦਿੰਦਾ ਸੀ, ਕੋਈ 1 ਲੱਖ ਦੇ ਦਿੰਦਾ ਸੀ, ਕੋਈ 50,000 ਕਿੱਲੇ ਦੇ ਦਿੰਦਾ ਸੀ, ਕੁਛ। ਲੇਕਿਨ ਜਦੋਂ ਅਸੀਂ ਬਾਗ ਲਾਇਆ, ਅਸੀਂ ਠੇਕੇਦਾਰ ਨੂੰ ਬਾਗ ਨਹੀਂ ਦਿੱਤਾ, ਅਸੀਂ ਮਾਰਕੀਟਿੰਗ ਖੁਦ ਹੀ ਕੀਤੀ ਹੈ। ਨਾਸ਼ਪਤੀ ਦੇ ਕਿੰਗ ਕਿਹਾ ਜਾਂਦਾ ਤੁਹਾਨੂੰ? ਚਲੋ ਜੀ, ਉਹ ਤਾਂ ਰੱਬ ਦੀ ਕਿਰਪਾ ਵਾ, ਜੋ ਵੀ ਹੈਗਾ। ਅੱਛਾ, ਇੱਕ ਕਹਿੰਦੇ ਕਿ ਇਹਦਾ ਨੁਕਸਾਨ ਬੜਾ ਹੁੰਦਾ ਇਸ ਨਾਲ ਜੀ, ਜਿਹੜੇ ਨਾਖ ਦੇ ਬਾਗ ਹੁੰਦੇ ਜਾਂ ਕੋਈ ਵੀ ਫਰੂਟ ਦਾ ਬਾਗ ਹੁੰਦਾ, ਉਹਦੀ ਸਾਂਭ ਸੰਭਾਲ ਬਹੁਤ ਕਰਨੀ ਪੈਂਦੀ ਹੈ, ਤੁਹਾਡਾ ਕੀ ਇਹਦੇ 'ਚ ਕੰਸੈਪਟ? ਦੇਖੋ ਜੀ, ਸਾਂਭ ਸੰਭਾਲ ਤਾਂ ਹੈਗੀ ਹੈ, ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਲਾ ਦਿੰਦੇ ਹਾਂ, ਇਹਨੂੰ ਪੂਰਾ ਤਿਆਰ ਕਰਨ ਵਾਸਤੇ ਅਪਰੋਕਸੀਮੇਟ 7 ਸਾਲ ਲੱਗ ਜਾਂਦੇ ਆ ਜੀ। 7 ਸਾਲਾਂ ਬਾਅਦ ਚਲੋ ਆਪਾਂ ਨੂੰ ਜੋ ਜ਼ਮੀਨ ਦਾ ਠੇਕਾ ਅੱਜ ਕੱਲ੍ਹ 50-60-70 ਹਜ਼ਾਰ ਆਉਂਦਾ, ਉਹ ਉਹਦੀ ਆਮਦਨ ਸ਼ੁਰੂ ਹੋ ਜਾਂਦੀ ਆ। ਉਸ ਤੋਂ ਬਾਅਦ ਹਰ ਸਾਲ ਦੇ ਸਾਲ ਇਹਦੀ ਇਨਕਮ ਜਿਹੜੀ ਉਹ ਵੱਧਦੀ ਜਾਂਦੀ ਆ। ਅਤੇ 1 ਏਕੜ 'ਚ ਕਿੰਨੇ ਕੁ ਜਿਹੜਾ ਫਰੂਟ ਨਿਕਲਾਉਂਦਾ ਆਊਟਪੁੱਟ ਅਪਰੋਕਸੀਮੇਟਲੀ? ਆਪਾਂ ਫਰੂਟ ਜਿਹੜਾ ਕਲਕੱਤੇ ਜਿੰਨਾ ਵੀ ਵਿਕਦਾ ਵਾ, ਸਾਰਾ ਪੇਟੀ ਦੇ ਹਿਸਾਬ ਨਾਲ ਵਿਕਦਾ, 1 ਨੰਬਰ 2 ਨੰਬਰ 3 ਨੰਬਰ ਜੋ ਵੀ ਆ। ਆਪਾਂ ਕਿੱਲੇ ਦਾ ਲਾ ਲੈਂਦੇ ਹਾਂ ਕਿ ਜਿੱਦਾਂ ਦਾ ਬਾਗ ਆ, 600 ਪੇਟੀ ਵੀ ਹੋ ਜਾਂਦੀ ਹੈ, 500 ਵੀ ਹੋ ਜਾਂਦੀ ਹੈ, 700 ਵੀ ਹੋ ਜਾਂਦੀ ਹੈ, 800 ਵੀ ਹੋ ਜਾਂਦੀ ਹੈ, ਔਰ ਇਸ ਤੋਂ ਚੰਗਾ ਬਾਗ ਦੇ ਤੋਂ ਵੱਧ ਵੀ ਹੋ ਜਾਂਦੀ ਹੈ। ਤਾਂ ਇਸ ਤੋਂ ਵਿੱਚ ਜਿਹੜਾ ਹੈਗਾ ਕਿ ਫਿਰ ਇਹਨੂੰ ਸਾਂਭ ਸੰਭਾਲ ਆਪ ਕਰਦੇ ਹੋ ਸਰ? ਸਾਰੀ ਸਾਂਭ ਸੰਭਾਲ ਆਪ ਕਰਦੇ ਹਾਂ ਜੀ, ਅਸੀਂ ਇਹਦੀਆਂ ਸਪਰੇਆਂ, ਰੇਹਾਂ, ਗਡਾਈਆਂ ਜੋ ਵੀ ਹੈਗਾ ਨਾ, ਆਲਮੋਸਟ ਸਾਰਾ ਕੁਛ ਆਪ ਕਰਦੇ ਹਾਂ। ਇੱਕ ਪਾਣੀ ਦਾ ਰਾਖਾ ਵੀ ਕਿਹਾ ਜਾਂਦਾ, ਉਹ ਕੀ ਕਨਸੈਪਟ ਹੈ? ਦੇਖੋ ਜੀ, ਅਸੀਂ ਸਾਡਾ ਜਿਹੜੀ ਜ਼ਮੀਨ ਹੈ, ਸਾਡੇ ਲਾਗੋਂ ਦੀ ਬਿਲਕੁਲ ਸੂਆ ਲੰਘਦਾ ਵਾ, ਠੀਕ ਹੈ ਜੀ। ਸੂਏ ਦੇ ਉੱਤੇ ਸਾਡਾ ਮੋਗਾ ਆਪਣਾ ਵਾ, ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਸਾਨੂੰ ਛੂਟਾਂ ਵੀ ਮਨਜ਼ੂਰ ਕਰਵਾ ਕੇ ਦਿੱਤੀਆਂ ਨੇ, ਛੂਟ ਵੀ ਸਾਡੀ ਨਾਲ ਆ। ਸਾਡੇ ਕੋਲ 60 ਏਕੜ ਜ਼ਮੀਨ ਆ, 60 ਏਕੜ ਦੇ ਵਿੱਚ ਹੀ ਜਿਹੜਾ ਅਸੀਂ 35 ਕਿੱਲੇ ਬਾਗ ਲਾਇਆ ਵਾ, ਸਾਰੀ ਆਲਮੋਸਟ ਉਹਦੇ ਅਸੀਂ ਅੰਡਰਗਰਾਊਂਡ ਪਾਈਪਿੰਗ ਪਾਈ ਆ। ਜ਼ਿਆਦਾ ਤੋਂ ਜ਼ਿਆਦਾ ਪਾਣੀ ਅਸੀਂ ਨਹਿਰੀ ਯੂਜ ਕਰਦੇ ਹਾਂ। ਅੱਛਾ ਜੀ, ਸਾਡੇ ਕੋਲ ਮੋਟਰਾਂ ਵੀ 6 ਹੈਗੀਆਂ, ਪਰ ਮੋਟਰਾਂ ਅਸੀਂ ਨਹੀਂ ਚਲਾਉਂਦੇ। ਅੱਛਾ, ਨਹਿਰੀ ਪਾਣੀ ਨਾਲ? ਬਿਲਕੁਲ ਜੀ, ਕਿਤੇ ਐਮਰਜੈਂਸੀ ਲੋਡ ਹੋਵੇ ਤਾਂ ਮੋਟਰਾਂ ਚਲਾਉਂਦੇ ਹਾਂ, ਬਾਕੀ ਸਾਰਾ ਨਹਿਰੀ। ਨਹਿਰੀ ਪਾਣੀ ਦੇ ਨਾਲ ਪ੍ਰੋਡਕਟੀਵਿਟੀ 'ਤੇ ਕਿੰਨਾ ਕੁ ਅਸਰ ਪੈਂਦਾ, ਜਿਸ ਤਰ੍ਹਾਂ ਨਹਿਰੀ ਪਾਣੀ ਦਾ ਇਸ ਵੇਲੇ ਦੇਖ ਰਹੇ ਹਾਂ ਬੂਟਾ, ਇਹ ਕਿੰਨੇ ਕੁ ਫਰਕ ਪੈਂਦਾ? ਵੇਖੋ ਜੀ, ਨਹਿਰੀ ਪਾਣੀ ਠੰਡਾ ਹੁੰਦਾ ਵਾ, ਉਹਦਾ ਅਸਰ ਤਾਂ ਜ਼ਿਆਦਾ ਹੁੰਦਾ ਹੀ ਹੈ, ਬੰਬੀਆਂ ਨਾਲੋਂ ਕਾਫੀ ਉਹਦਾ ਜਿਹੜਾ ਵਾ ਉਹ ਫਰਕ ਪੈਂਦਾ। ਤਾਂ ਉਹਦੇ ਨਾਲ ਪ੍ਰੋਡਕਟੀਵਿਟੀ ਵੱਧਦੀ ਹੈ? ਬਿਲਕੁਲ ਵੱਧਦੀ ਹੈ ਜੀ, ਬਿਲਕੁਲ ਵੱਧਦੀ ਹੈ। ਇਹ ਨਾਖ ਦਾ ਫਾਇਦਾ ਕੀ ਹੈ, ਨਾਖ ਖਾਣ ਦਾ, ਇਸ ਨਾਖ ਦਾ? ਦੇਖੋ ਜੀ, ਫਾਇਦੇ ਤਾਂ ਇਹਦੇ ਬਹੁਤ ਆ, ਲੇਕਿਨ ਪੰਜਾਬ 'ਚ ਨਹੀਂ ਖਾਧੀ ਜਾਂਦੀ, ਇਹ ਸਾਡੀ ਬਦਕਿਸਮਤੀ ਆ। ਅਗਰ ਕੀ ਹੈ ਉਹ, ਵੈਸੇ ਅਸੀਂ ਪੰਜਾਬ ਦੀ ਬਦਕਿਸਮਤੀ ਹੈ ਕਿ ਅਸੀਂ ਆਪਣਾ ਫਰੂਟ ਆਪ ਨਹੀਂ ਖਾਂਦੇ। ਹਾਂ, ਬਸ ਇਹੀ ਆ, ਆਪਾਂ ਤਿਆਰ ਕਰਕੇ ਸਾਰਾ ਉੱਥੇ ਭੇਜ ਦਿੰਦੇ ਹਾਂ, ਬਾਕੀ ਇਹ ਫਰੂਟ ਜਿਹੜਾ ਵਾ ਤੁਸੀਂ ਸੇਬ ਲੈ ਲਓ, ਦੂਜਾ ਕੋਈ ਵੀ ਚੀਜ਼ ਲੈ ਲਓ, ਉਹਨਾਂ ਸਾਰਿਆਂ ਨੂੰ ਜ਼ਿਆਦਾ ਬਿਹਤਰ ਆ। ਅੱਛਾ ਜੀ, ਕੀ ਕਾਰਨ ਕੀ ਹੈ ਇਹਦੀ, ਕੀ ਪ੍ਰੋਡਕਟੀਵਿਟੀ? ਦੇਖੋ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਆਇਰਨ ਆ, ਹੋਰ ਵੀ ਜੋ ਤੱਤ ਚਾਹੀਦੇ ਆ, ਇਹ ਸਾਰੀਆਂ ਫਰੂਟ ਤੋਂ ਜ਼ਿਆਦਾ ਇਹਦੇ 'ਚ ਨੇ। ਅੱਛਾ,
ਫਿਰ ਕਲਕੱਤੇ ਅਸੀਂ ਇਹੋ ਹੀ ਜਿਹੜੀ ਨਾਸ਼ਪਤੀ ਆ ਰੇਹੜੀਆਂ ਦੇ ਤੁਸੀਂ ਚੱਲੀ ਜਾਓ, 150 ਰੁਪਈਏ ਕਿਲੋ ਮਿਲਦੀ ਹੈ ਉੱਥੇ। ਬਿਲਕੁਲ ਜੀ, ਬੰਗਾਲ 'ਚ 150 ਰੁਪਏ ਕਿਲੋ ਇਹ ਨਾਖ ਵਿਕਦੀ ਹੈ। ਤੁਸੀਂ ਵੇਖੋ ਕਿ ਇੱਥੇ ਬਾਗ ਤੁਸੀਂ ਇਸ ਵੇਲੇ ਟੀ ਵੀ ਸਕਰੀਨ 'ਤੇ ਦੇਖ ਰਹੇ ਹੋ, 150 ਰੁਪਏ ਕਿਲੋ। ਬਿਲਕੁਲ ਜੀ, ਰੇਹੜੀਆਂ ਦੇ ਰਿਟੇਲਰ ਜਿਹੜਾ ਵੇਚਦਾ, ਰਿਟੇਲਰ ਵੇਚਦਾ। ਵੈਸੇ ਅਸੀਂ ਤਾਂ ਜਿਹੜੀ ਵੇਚਦੇ ਹਾਂ ਸਾਡੀ ਤਾਂ 1500 ਪਹਿਲਾਂ 2000 ਨੂੰ ਪੇਟੀ ਵੇਚਦੀ ਆ, ਮੁੜ ਕੇ 1800 ਰੁਪਏ ਪੇਟੀ 'ਚ 22 ਕਿਲੋ ਹੁੰਦੀ ਹੈ ਜੀ। ਅੱਛਾ ਜੀ, ਹਾਂ ਪਹਿਲਾਂ ਸਾਡੀ ਅਸੀਂ ਜਦੋਂ ਸ਼ੁਰੂਆਤ ਕਰਦੇ ਹਾਂ, ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਕਲਕੱਤੇ ਸਾਡੀ ਨਾਖ ਜਾਂਦੀ ਆ। ਅੱਛਾ ਜੀ, ਅਸੀਂ ਐਰਕਾਂ ਵੀ 16 ਜੂਨ ਨੂੰ ਤੜਾਈ ਲਾਤੀ ਸੀ। 16 ਜੂਨ ਤੋਂ ਅਸੀਂ ਪਹਿਲਾਂ ਟ੍ਰੇਨ 'ਤੇ ਮਾਲ ਭੇਜਿਆ, ਉਸ ਤੋਂ ਬਾਅਦ ਅਸੀਂ ਟਰੱਕਾਂ 'ਤੇ ਭੇਜਣਾ ਸ਼ੁਰੂ ਕੀਤਾ। ਹੁਣ ਸਾਡਾ ਆਲਮੋਸਟ ਟਰੱਕਾਂ 'ਤੇ ਮਾਲ ਜਾ ਰਿਹਾ। ਅੱਛਾ, ਟਰੱਕਾਂ 'ਤੇ ਮਾਲ ਜਾ ਅਤੇ ਜੀ ਸਰ ਫਿਰ ਤੜਾਈ ਵਗੈਰਾ ਖੁਦ ਆਪ ਕਰਵਾਉਂਦੇ ਹੋ ਸਾਰੀ? ਬਿਲਕੁਲ ਜੀ, ਅਸੀਂ ਲੇਬਰ ਸਾਰੀ ਸੈੱਟ ਕੀਤੀ ਆ। ਅਸੀਂ ਪੈਕਰ ਜਿਹੜੇ ਆ ਸਾਡੇ ਗੁਜਰਾਤ ਤੋਂ ਆਏ ਹੋਏ ਨੇ, ਅਤੇ ਤੜਾਈ ਲੇਬਰ ਜਿਹੜੀ ਤੋੜਨ ਵਾਲੀ ਉਹ ਲੋਕਲ ਆ, ਅਤੇ ਅਸੀਂ ਉਹ ਤੜਾਈ ਕਰਵਾ ਕੇ ਸਾਰੀ ਪੈਕਿੰਗ ਕਰਕੇ ਉਹਨੂੰ ਕਲਕੱਤੇ ਭੇਜ ਰਹੇ ਹਾਂ। ਮਤਲਬ ਫਿਰ ਮਜ਼ਦੂਰ ਨਾਲ ਮਜ਼ਦੂਰ ਬਣਨਾ ਪੈਂਦਾ? ਬਿਲਕੁਲ ਜੀ, ਮਿਹਨਤ ਤਾਂ ਕਰਨੀ ਪੈਂਦੀ ਹੈ, ਜੇ ਤੁਸੀਂ ਚੰਗਾ ਲੈਣਾ ਤਾਂ ਮਿਹਨਤ ਤੁਹਾਨੂੰ ਕਰਨੀ ਪਊਗੀ। ਪਰ ਕਾਰਨ ਕੀ ਹੈ, ਪੰਜਾਬ 'ਚ ਸਿੱਧਾ ਰੁਝਾਨ ਨਹੀਂ ਹੈ, ਇਹ ਕਿਉਂ? ਮੈਂ ਵੇਖੋ ਜੀ ਕੋਸ਼ਿਸ਼ ਕੀਤੀ, ਮੈਂ ਅੰਮ੍ਰਿਤਸਰ 'ਚ ਕੋਸ਼ਿਸ਼ ਕੀਤੀ ਸੀ, ਮੈਂ 5-5 ਕਿਲੋ ਦੇ ਡੱਬੇ ਲੈ ਕੇ ਵਧੀਆ ਪੈਕਿੰਗ ਕਰਕੇ ਫਰੂਟ ਵਾਲੀਆਂ ਦੁਕਾਨਾਂ 'ਤੇ ਦਿੱਤੇ, ਲੇਕਿਨ ਕਿਸੇ ਨੇ 30-40 ਰੁਪਈਏ ਕਿਲੋ ਵੀ ਨਹੀਂ ਖੜੀ। ਫਿਰ ਜਦੋਂ ਤੁਹਾਡੀ ਪੈਸੇ ਨਹੀਂ ਤੁਹਾਨੂੰ ਮਿਲ ਰਹੇ, ਫਿਰ ਤੁਸੀਂ ਕਿੱਦਾਂ ਇੱਥੇ ਵੇਚੋਗੇ? ਪਰ ਬੰਗਾਲ 'ਚ ਬਹੁਤ ਖਾਧੀ ਜਾਂਦੀ? ਬਿਲਕੁਲ ਜੀ, ਸਾਰੀ ਆਲਮੋਸਟ ਜਿਹੜੀ ਆ, ਹੋਰ ਵੀ ਮੰਡੀਆਂ ਹੈਗੀਆਂ ਨੇ ਪਰ ਜ਼ਿਆਦਾ ਤੋਂ ਜ਼ਿਆਦਾ ਬੰਗਾਲ 'ਚ ਖਾਧੀ ਜਾਂਦੀ। ਕਿੱਥੇ ਕਿੱਥੇ ਜਾਂਦੀ ਨਾ ਨਾਖ ਤੁਹਾਡੀ? ਨਾਖ ਵੈਸੇ ਜੀ ਅਸੀਂ ਤਾਂ ਆਲਮੋਸਟ ਕਲਕੱਤੇ ਹੀ ਭੇਜਦੇ ਹਾਂ, ਲੇਕਿਨ ਉਹ ਸਿਲੀਗੁੜੀ ਜਾਂਦੀ ਆ, ਅਹਿਮਦਾਬਾਦ ਜਾਂਦੀ ਆ, ਬਿਹਾਰ 'ਚ ਜਾਂਦੀ ਆ, ਬੰਬੇ ਵੀ ਜਾਂਦੀ ਆ, ਕਈ ਜਗ੍ਹਾ 'ਤੇ ਨਾਖ ਜਾਂਦੀ ਆ ਜੀ। ਅਤੇ ਇਹ ਦੁਰਗਾ ਪੂਜਾ ਦਾ ਸਭ ਤੋਂ ਵੱਡਾ ਪ੍ਰਸ਼ਾਦ ਹੈ? ਪੂਜਾ ਜੀ ਬਹੁਤ ਜ਼ਿਆਦੀਆਂ ਨੇ ਕਲਕੱਤੇ ਦੇ ਵਿੱਚ, ਬੰਗਾਲ ਦੇ ਵਿੱਚ ਬੜੀਆਂ ਪੂਜਾ ਨੇ, ਉਹ ਪੂਜਾ ਦੇ ਵਿੱਚ ਇਹਦਾ ਪ੍ਰਸ਼ਾਦ ਜਿਹੜਾ ਵਾ ਉਹ ਚੜਾਇਆ ਜਾਂਦਾ, ਅਤੇ ਬਾਕੀ ਦੁਰਗਾ ਪੂਜਾ ਵੀ ਆ, ਹੋਰ ਵੀ ਬੜੀਆਂ ਪੂਜਾ ਨੇ। ਜਿਸ ਦਿਨ ਪੂਜਾ ਹੁੰਦੀ ਆ ਸਾਡਾ 200-300 ਰੁਪਈਆ ਪੇਟੀ ਦਾ ਉਸ ਦਿਨ ਵੱਧ ਜਾਂਦਾ। ਹਾਂਜੀ, ਅੱਛਾ, ਅਤੇ ਉੱਥੇ ਫਿਰ ਤੁਸੀਂ ਤੁਹਾਡਾ ਬੇਟਾ ਬੈਠਦਾ ਉੱਥੇ? ਹਾਂਜੀ, ਬੇਟਾ ਮੇਰਾ। ਮਾਰਕੀਟਿੰਗ ਵੀ ਖੁਦ ਕਰਦੇ ਹੋ? ਖੁਦ ਕਰਦੇ। ਅੱਛਾ ਭਾਜੀ, ਇਹ ਹੁਣ ਆਪਾਂ ਥੋੜ੍ਹੀ ਕਿਸਾਨੀ ਦੀ ਗੱਲ ਕਰੀਏ, ਕਿੰਨਾ ਕੁ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਫਾਰਮੈਟ ਲੈ ਕੇ ਆਉਣਾ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਅਕਸਰ ਕਹਿੰਦਾ ਜੀ ਅਸੀਂ ਕੋਈ ਫਸਲ ਬੀਜਦੇ ਹਾਂ ਮਾਰਕੀਟਿੰਗ ਦੀ ਬੜੀ ਪ੍ਰੋਬਲਮ ਆਉਂਦੀ ਹੈ, ਮਾਰਕੀਟਿੰਗ ਵੀ ਤੁਸੀਂ ਆਪ ਕਰਦੇ ਹੋ, ਸਭ ਤੋਂ ਵੱਡੀ ਗੱਲ ਹੈ ਕਿਸਾਨੀ ਤੋਂ ਲੈ ਕੇ ਮਾਰਕੀਟਿੰਗ ਤੁਸੀਂ ਖੁਦ ਕਰਦੇ ਹੋ? ਬਿਲਕੁਲ। ਇਹਦਾ ਕਿੰਨਾ ਕੁ ਫਾਇਦਾ? ਦੇਖੋ ਜੀ, ਜੇ ਆਪਾਂ ਝੋਨੇ ਫਸਲ ਤੋਂ ਨਿਕਲੀਏ, ਸਭ ਤੋਂ ਪਹਿਲਾਂ ਤਾਂ ਇਹ ਆ, ਝੋਨੇ ਫਸਲ ਤੋਂ ਨਿਕਲ ਕੇ ਆਪਾਂ ਬਾਗਬਾਨੀ ਵੱਲ ਆਏ, ਬਾਗਬਾਨੀ ਵੱਲ ਆ ਕੇ ਆਪਾਂ ਬਾਗਬਾਨੀ ਸ਼ੁਰੂ ਕੀਤੀ, ਬਾਗਬਾਨੀ 'ਚ ਫਿਰ ਦੂਜੀ ਚੀਜ਼ ਆ ਗਈ ਮਾਰਕੀਟਿੰਗ। ਇੱਕ ਤਾਂ ਲੋਕ ਆ ਪੈੜੀ ਠੇਕੇ 'ਤੇ ਦੇ ਦਿੰਦੇ ਆ ਠੇਕੇਦਾਰ ਨੂੰ, ਉਹ ਬਾਗ ਦਾ ਨੁਕਸਾਨ ਵੀ ਕਰ ਜਾਂਦਾ ਵਾ, ਟਾਣ ਵੀ ਤੁਹਾਡੇ ਟੁੱਟ ਜਾਂਦੇ ਨੇ, ਇਨਕਮ ਵੀ ਤੁਹਾਨੂੰ ਉੱਨੀ ਨਹੀਂ ਹੁੰਦੀ ਜਿੰਨੀ ਤੁਸੀਂ ਆਪ ਕਰ ਲੈਣੀ ਹੈ। ਅਤੇ ਜਦੋਂ ਤੁਸੀਂ ਮਾਰਕੀਟਿੰਗ ਵੱਲ ਆਉਂਦੇ ਜੇ, ਅਤੇ ਤੁਸੀਂ ਜੋ ਮਤਲਬ ਠੇਕੇਦਾਰ ਨੂੰ ਦੇ ਰਿਹਾ ਉਸ ਤੋਂ ਤੁਸੀਂ ਲਗਭਗ 1.5 ਜਿਹੜਾ ਵਾ ਉਹ ਕਮਾਉਂਦੇ ਜੇ। ਕਣਕ ਝੋਨੇ ਵੱਲ ਧਿਆਨ ਨਹੀਂ ਜਾਂਦਾ? ਨਹੀਂ ਜੀ ਨਹੀਂ, ਕਣਕ ਝੋਨਾ ਦੇ ਵੇਖਣ ਨੂੰ ਵੀ ਜੀ ਨਹੀਂ ਕਰਦਾ, 60-70 ਹਜ਼ਾਰ ਨਾਲ ਕੀ ਬਣਦਾ ਜਿੱਥੇ ਲੱਖਾਂ ਦੀਆਂ ਗੱਲਾਂ ਹੁੰਦੀਆਂ ਨੇ। ਹਾਂਜੀ, ਤਾਂ ਇਹ ਫਿਰ ਸਾਰਾ ਖੁਦ ਹੀ ਸਿਸਟਮ ਸਿੱਖਿਆ ਕਿਵੇਂ ਸਾਰਾ? ਵੀ ਸਿੱਖਿਆ ਜੀ ਕੋਈ, ਇਹ ਕੋਈ ਐਡਾ ਔਖਾ ਕੰਮ ਨਹੀਂ ਹੈ। ਜਦੋਂ ਬਾਗ ਲਾਇਆ, ਬਾਗ ਤਿਆਰ ਹੋ ਗਿਆ, ਅਤੇ ਅਸੀਂ ਜਾ ਕੇ ਕਲਕੱਤੇ ਜਾ ਕੇ ਇਹਦੀ ਸਟੱਡੀ ਕੀਤੀ ਕਿ ਕਿੱਦਾਂ ਇਹਦੀ ਸੇਲ ਹੁੰਦੀ ਆ, ਸਾਨੂੰ ਵਧੀਆ ਲੱਗਾ। ਆੜਤੀ ਸਾਡੇ ਕੋਲ ਇੱਥੇ ਆ ਗਏ, ਉਹਨਾਂ ਸਾਨੂੰ ਦੱਸਿਆ ਵੀ ਤੁਸੀਂ ਇਸ ਤਰੀਕੇ ਨਾਲ ਘੱਲੋ ਮਾਲ, ਪਹਿਲਾਂ ਟ੍ਰੇਨ 'ਤੇ ਘੱਲੋ, ਬਾਅਦ 'ਚ ਟਰੱਕਾਂ 'ਤੇ ਘੱਲੋ, ਅਤੇ ਅਸੀਂ ਉਦੋਂ ਤੋਂ ਮਤਲਬ ਭੇਜਣਾ ਸ਼ੁਰੂ ਕਰਤਾ। ਅਤੇ ਆਪਣੀ ਆੜਤ ਹੁਣ ਆਪਣੀ ਹੈ? ਆੜਤੀ ਹੁੰਦੇ ਨੇ, ਲੇਕਿਨ ਉਹਨਾਂ ਦੇ ਕੋਲ ਬਹਿਣਾ ਪੈਂਦਾ ਮਾਲ ਵੇਚਣ ਵਾਸਤੇ। ਅੱਛਾ, ਇਹ ਅੰਮ੍ਰਿਤਸਰ 'ਚ ਹੀ ਕਿਉਂ ਮੰਨੀ ਜਾਂਦੀ? ਔਰ ਕਿਉਂਕਿ ਮੈਂ ਪਿੱਛੇ ਪੜ੍ਹ ਰਿਹਾ ਸੀ ਕਿ ਕੇਂਦਰ ਸਰਕਾਰ ਨੇ ਵੀ ਖਾਸ ਤੌਰ 'ਤੇ ਅੰਮ੍ਰਿਤਸਰ ਨੂੰ ਜਿਹੜਾ ਨਾਖ ਦਾ ਇੱਕ ਫਰੂਟ ਜਿਸ ਦਾ ਹਰ ਸ਼ਹਿਰ ਨੂੰ ਮਿਲਿਆ, ਅੰਮ੍ਰਿਤਸਰ ਨੂੰ ਨਾਖ ਮਿਲੀ। ਆਪਾਂ ਇਹ ਕਹਿ ਸਕਦੇ ਹਾਂ ਕਿ ਦੇਖੋ ਇੱਥੋਂ ਦੀ ਜਿਹੜੀ ਜ਼ਮੀਨ ਆ ਉਹ ਸੂਟੇਬਲ ਆ ਨਾਖ ਵਾਸਤੇ, ਅੰਮ੍ਰਿਤਸਰ ਅਤੇ ਤਰਨ ਤਾਰਨ। ਅੱਛਾ, ਹਾਂ ਬਿਲਕੁਲ, ਜੇ
ਕੋਈ 9-10 ਹਜ਼ਾਰ ਹੈਕਟੇਅਰ ਸਾਰੇ ਪੰਜਾਬ ਦੇ ਵਿੱਚ ਨਾਖ ਆ, ਅਤੇ ਇੱਕ ਹਿੱਸਾ ਅੰਮ੍ਰਿਤਸਰ 'ਚ ਆ, ਇੱਕ ਹਿੱਸਾ ਤਰਨ ਤਾਰਨ, ਅਤੇ ਇੱਕ ਹਿੱਸਾ ਸਾਰੇ ਪੰਜਾਬ 'ਚ, ਯਾਨੀ ਕਿ 33-33% ਲਾ ਲਓ, ਮਤਲਬ 6-7 ਹਜ਼ਾਰ ਹੈਕਟੇਅਰ ਇਕੱਲੇ ਪੰਜਾਬ ਅੰਮ੍ਰਿਤਸਰ ਔਰ ਤਰਨ ਤਾਰਨ, ਬਿਲਕੁਲ ਹੈਗੀ ਹੈ ਜੀ। ਅੱਛਾ, ਅਤੇ ਇਹਦੀ ਨਿਊਟ੍ਰੀਸ਼ਨਸ ਵੈਲਿਊ ਦੀ ਕਿੰਨਾ ਕੁ ਫਰਕ ਪੈਂਦਾ? ਨਿਊਟ੍ਰੀਸ਼ਨਸ ਵੈਲਿਊ ਬਹੁਤ ਵਧੀਆ ਜੀ ਇਹਦੀ, ਇਹ ਆਪਣਾ ਸਾਰੇ ਫਰੂਟਾਂ ਤੋਂ ਜ਼ਿਆਦਾ ਵਧੀਆ। ਅੱਛਾ, ਹਾਂਜੀ, ਉਹਦੇ ਨਾਲ ਕੀ ਫਰਕ? ਵਿਟਾਮਿਨ ਸੀ ਦਾ ਬੜਾ ਹੁੰਦਾ, ਵਿਟਾਮਿਨ ਸੀ ਆਉਂਦਾ ਜੀ, ਆਇਰਨ ਮਿਲਦਾ ਜੀ, ਵਿਟਾਮਿਨ ਡੀ ਮਿਲਦਾ, ਸਾਰੇ ਨਿਊਟ੍ਰੀਅੰਟਸ ਇਹਦੇ ਵਿੱਚ ਹੈਗੇ ਨੇ, ਜਿੰਨੇ ਆਲ ਦੂਜੇ ਫਰੂਟਾਂ 'ਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਆ। ਅਤੇ ਇਹਨੂੰ ਤੁਸੀਂ ਕਰਦੇ ਹੋ? ਹਾਂਜੀ ਹਾਂਜੀ। ਥੱਲੇ ਸੁਪਨਾ ਕੀ ਹੈ ਜੀ? 35 ਏਕੜ ਦੇ ਬਹੁਤ ਜ਼ਿਆਦਾ ਜ਼ਮੀਨ ਹੁੰਦੀ ਹੈ, ਥੱਲੇ ਹੋਰ ਵਧਾਉਣ ਦਾ ਸੋਚਿਆ? ਮੈਂ ਜੀ 45 ਏਕੜ ਕਰਨੀ ਹੈ, ਮੇਰਾ 10 ਕਿੱਲੇ ਰਹਿ ਗਿਆ ਵਾ, ਵੈਸੇ ਜ਼ਮੀਨ ਮੇਰੇ ਕੋਲ 60 ਕਿੱਲੇ ਆ, ਪਰ ਬਾਕੀ ਮੈਂ ਥੋੜ੍ਹਾ ਜਿਹਾ ਸਾਈਡ 'ਤੇ ਪੈਂਦੀ ਆ, 45 ਕਿੱਲੇ ਜਿਹੜਾ ਮੈਂ ਉਹ ਟੱਕ ਪੂਰਾ ਕਰੂੰਗਾ। ਤਾਂ ਚੱਲਦੇ ਰਹੇਗਾ ਸਫ਼ਰ? ਹਾਂਜੀ, ਬਸ ਇੱਦਾਂ ਹੌਲੀ ਹੌਲੀ ਚੱਲਦਾ ਰਹੂਗਾ। ਸ਼ੁਕਰੀਆ ਜੀ ਸਮਾਂ ਦੇਣ ਵਾਸਤੇ। ਤਾਂ ਇਹ ਸੀ ਸਰਦਾਰ ਮਕਤੂਲ ਸਿੰਘ ਜੀ, ਨਾਖ ਕਿੰਗ ਤੁਸੀਂ ਪਹਿਲੀ ਵਾਰ ਸੁਣਿਆ ਹੋਏਗਾ, ਨਾਸ਼ਪਤੀ ਦੇ ਬਹੁਤ ਵੱਡੇ ਵਪਾਰੀ ਨੇ, ਔਰ ਸਭ ਤੋਂ ਵੱਡੀ ਗੱਲ ਹੈ ਐਗਰੀਕਲਚਰ ਤੋਂ ਲੈ ਕੇ ਕਿਸਾਨੀ ਤੋਂ ਲੈ ਕੇ ਮਾਰਕੀਟਿੰਗ ਤੱਕ ਖੁਦ ਕਰਦੇ ਨੇ, ਔਰ ਉਹਨਾਂ ਨੇ ਕਿਹਾ ਕਿ ਕਣਕ ਝੋਨੇ ਵੱਲ ਤੱਕਣ ਨੂੰ ਵੀ ਜੀ ਨਹੀਂ ਕਰਦਾ, ਕਿਉਂਕਿ ਇੱਕ ਬੜੇ ਵੱਡੇ ਪੱਧਰ 'ਤੇ ਕਰਦੇ, ਔਰ ਖੁਦ ਕਿਸਾਨੀ ਕਰਦੇ ਨੇ, ਖੁਦ ਸਾਰੀ ਚੈਕਿੰਗ ਕਰਦੇ ਨੇ, ਔਰ ਖੁਦ ਹੀ ਆਪਣਾ ਮਾਲ ਜਿਹੜਾ ਹੈ ਕਲਕੱਤੇ ਵੇਚਦੇ ਨੇ, ਔਰ ਕਲਕੱਤੇ ਇਸ ਨਾਖ ਨੂੰ ਇੱਕ ਪ੍ਰਸ਼ਾਦ ਦੇ ਤੌਰ 'ਤੇ ਮੰਨਿਆ ਜਾਂਦਾ ਹੈ, ਔਰ ਜੋ ਦੁਰਗਾ ਪੂਜਾ ਹੁੰਦੀ ਹੈ ਉੱਥੇ ਲੋਕ ਖਾਂਦੇ ਨੇ, ਔਰ ਖਾਸ ਕਰਕੇ ਉਹਨਾਂ ਦੇ ਪਾਣੀ 'ਚ ਕੁਛ ਇਸ ਤਰ੍ਹਾਂ ਦੀ ਮਿਕਸਿੰਗ ਹੈ ਜਿਸ ਕਰਕੇ ਉਸ ਨਾਖ ਦਾ ਸੇਵਨ ਜ਼ਿਆਦਾ ਕਰਦੇ ਨੇ। ਅਤੇ ਤੁਸੀਂ ਵੀ ਅਗਰ ਵਿਟਾਮਿਨ ਸੀ ਅਤੇ ਆਇਰਨ ਭਰੀ ਚੀਜ਼ ਖਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਨਾਖ ਨੂੰ ਵਰਤੋ, ਖਾਓ। ਅਟਾਰੀ 'ਚ ਉਹਨਾਂ ਦਾ ਅਸੀਂ ਦੱਸਿਆ, ਸਰਦਾਰ ਮਕਤੂਲ ਸਿੰਘ ਨੇ ਜਿਨ੍ਹਾਂ ਦਾ ਇੱਕ 35 ਏਕੜ ਦਾ ਫਾਰਮ ਹੈ, ਉਹ ਵੀ ਤੁਹਾਨੂੰ ਸਾਂਝਾ ਕੀਤਾ ਹੈ, ਔਰ ਪੰਜਾਬ ਦੇ ਇੱਕ ਸਫਲ ਵਪਾਰੀ ਨਾਲ ਤੁਹਾਡੀ ਅੱਜ ਅਸੀਂ ਗੱਲਬਾਤ ਕਰਵਾਈ ਹੈ। ਔਰ ਅਗਰ ਇੱਕ ਵੀਰ ਜੀ ਹੋਰ ਛੋਟੀ ਕੋਈ ਕਿਸਾਨ ਭਰਾ ਆਉਣਾ ਚਾਹਵੇ, ਕਿਆ ਤੁਹਾਡੀ ਤੁਸੀਂ ਮਦਦ ਦੇਣ ਵਾਸਤੇ ਤਿਆਰ ਹੋ ਉਹਨੂੰ ਇਸ ਤਰ੍ਹਾਂ ਦੀ? ਬਿਲਕੁਲ ਜੀ, ਕੁਛ ਗੱਲਾਂ ਰਹਿ ਗਈਆਂ, ਮੈਂ ਉਹ ਵੀ ਪੂਰੀਆਂ ਕਰ ਦਿੰਦਾ ਵਾਂ ਜੀ। ਇੱਕ ਤਾਂ ਕੋਈ ਵੀ ਕਿਸਾਨ ਪਹਿਲਾਂ ਵੀ ਮੇਰੇ ਕੋਲ ਆਉਂਦੇ ਨੇ, ਅਸੀਂ ਆਪ ਉਹਦੇ ਪਿੰਡ ਜਾ ਕੇ ਆਪ ਉਹਦਾ ਬਾਗ ਵੇਖ ਕੇ ਕੋਈ ਵੀ ਮੁਸ਼ਕਲ ਹੋਵੇ ਤਾਂ ਉਹ ਸੋਲਵ ਕਰਦੇ ਹਾਂ। ਦੂਸਰਾ, ਮਾਰਕੀਟਿੰਗ ਦੀ ਜਿਹੜੀ ਗੱਲ ਆ ਉਹਦੇ 'ਚ ਇੱਕ ਦੋ ਗੱਲਾਂ ਰਹਿ ਗਈਆਂ ਨੇ ਕਿ ਅਸੀਂ ਮਾਰਕੀਟਿੰਗ ਕਿਵੇਂ ਕਰਦੇ ਹਾਂ। ਉਹਦੇ 'ਚ ਇਹ ਆ ਕਿ ਵੇਖੋ, ਵਪਾਰੀ ਆਉਂਦਾ ਸੀਗਾ, ਵਪਾਰੀ ਤੁਹਾਡਾ ਬਾਗ ਜਿਹੜਾ ਲੈ ਲਿਆ, ਉਹਨੇ ਇਹਨੂੰ ਤੜਾਈ ਨਹੀਂ ਲਾਉਣੀ, ਤੁਹਾਡੇ ਜਿਹੜਾ ਟਾਹਣੀਆਂ ਨੇ ਉਹਨਾਂ 'ਤੇ ਭਾਰ ਬਹੁਤ ਜ਼ਿਆਦਾ ਪੈ ਜਾਂਦਾ ਸੀ, ਟਾਹਣ ਟੁੱਟਦੇ ਸੀ। ਅਸੀਂ ਜਦੋਂ ਦੀ ਮਾਰਕੀਟਿੰਗ ਸ਼ੁਰੂ ਕੀਤੀ ਆ, ਅਸੀਂ ਤੜਾਈ ਹੌਲੀ ਹੌਲੀ ਮੋਟੇ ਮੋਟੇ ਦਾਣੇ ਕੱਢਣੇ ਸ਼ੁਰੂ ਕੀਤੇ, ਠੀਕ ਹੈ ਜੀ। ਅਸੀਂ ਮਤਲਬ ਪਹਿਲਾਂ 2 ਕਿੱਲੇ ਇੱਕ ਦਿਨ ਤੋੜਿਆ, ਉਹ 'ਚੋਂ ਮੋਟੇ ਦਾਣੇ ਕੱਢ ਲਏ, ਅਗਲੇ ਦਿਨ 2, ਅਗਲੇ ਦਿਨ 2, ਇਸ ਤਰ੍ਹਾਂ ਅਸੀਂ ਪੂਰਾ ਰਾਊਂਡ ਬਾਗ ਦਾ ਲਾ ਦਿੰਦੇ ਹਾਂ। ਅਤੇ ਹੋਰ ਕਿਸਾਨ ਵੀਰਾਂ ਨੂੰ ਐਜੂਕੇਟ ਕਰੋਗੇ ਜੀ? ਬਿਲਕੁਲ ਜੀ, ਕੋਈ ਵੀ ਵੀਰ ਸਾਡੇ ਕੋਲ ਹੈਲਪ ਲਾਉਣਾ ਹੋਵੇ, ਅਸੀਂ ਉਹਦਾ ਪੂਰਾ ਹੈਲਪ ਕਰਾਂਗੇ। ਉਹਦੀ ਮਾਰਕੀਟਿੰਗ 'ਚ ਵੀ ਹੈਲਪ? ਬਿਲਕੁਲ ਜੀ, ਮਾਰਕੀਟਿੰਗ ਸਾਡਾ ਬੇਟਾ ਉੱਥੇ ਬੈਠਾ ਵਾ, ਉਹ ਸਾਡੇ ਹੋਰ ਵੀ ਜ਼ਿਮੀਂਦਾਰ ਭਰਾ ਨੇ, ਉਹਨਾਂ ਦਾ ਮਾਲ ਵੀ ਵੇਚਦਾ ਵਾ, ਆਪਣਾ ਵੀ ਮਾਲ ਵੇਚਦਾ ਵਾ, ਸਾਡਾ ਟਰੱਕ ਆ, ਸਾਡੇ ਨਾਲ ਹੋਰ 3-4-5 ਜ਼ਿਮੀਂਦਾਰ ਵੀ ਮਾਲ ਭੇਜਦੇ ਨੇ। ਤਾਂ ਬਿਲਕੁਲ ਚੰਗਾ ਉਪਰਾਲਾ ਹੈ, ਔਰ ਕਿਸਾਨ ਵੀਰ ਨੇ ਸਾਫ਼ ਕਿਹਾ ਕਿ ਮੈਂ ਇਕੱਲੇ ਵਾਸਤੇ ਨਹੀਂ, ਮੇਰੇ ਨਾਲ ਹੋਰ ਵੀ ਜਿਹੜੇ ਕਿਸਾਨ ਵੀਰ ਨੇ ਮੇਰੇ ਨਾਲ ਜੁੜ ਸਕਦੇ ਨੇ, ਔਰ ਕਿਸੇ ਨੂੰ ਕੋਈ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਉਹ ਹੈਲਪ ਕਰਨ ਨੂੰ ਤਿਆਰ ਹੈ। ਔਰ ਮਾਰਕੀਟਿੰਗ ਤੱਕਣ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਹੁੰਦੀ ਮਾਰਕੀਟਿੰਗ ਦੀ, ਕਿਉਂਕਿ ਕਿਸਾਨ ਕੋਈ ਵੀ ਫਲ ਸਬਜ਼ੀ ਜਾਂ ਕੁਛ ਵੀ ਲਾਉਂਦਾ, ਉਹਨੂੰ ਕੋਈ ਸਮੱਸਿਆ ਆਉਂਦੀ ਮਾਰਕੀਟਿੰਗ ਦੀ, ਲੇਕਿਨ ਉਹਨੇ ਕਿਹਾ ਕਿ ਸਾਨੂੰ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ, ਮੇਰਾ ਆਪਣਾ ਪੁੱਤ ਉੱਥੇ ਬੈਠਾ ਅਤੇ ਉਹ ਪੰਜਾਬ ਦਾ ਪੁੱਤ ਹੈ, ਅਤੇ ਹੋਰ ਵੀ ਜਿੰਨੇ ਕਿਸਾਨ ਵੀਰ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਆ। ਤਾਂ ਪੰਜਾਬ ਦੀ ਔਰ ਅੰਮ੍ਰਿਤਸਰ ਦੀ ਖਾਸ ਸੁਗਾਤ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿ ਕਿਸਾਨ ਹੋਰ ਪ੍ਰੇਰਿਤ ਹੋਣਗੇ, ਕਿਉਂਕਿ ਇਸ ਦੇ ਨਾਲ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਪਾਣੀ ਜਿਹੜਾ ਬਚਾਇਆ ਜਾ ਸਕਦਾ ਕਿ ਉਨੀ ਪਾਣੀ ਦੀ ਉਨੀ ਲੋੜ ਨਹੀਂ ਪੈਂਦੀ, ਲੇਕਿਨ ਫਿਰ ਵੀ ਜਿਹੜਾ ਪਾਣੀ ਇਸਤੇਮਾਲ ਕਰਦੇ ਨੇ ਨਹਿਰੀ ਪਾਣੀ ਦਾ ਇਸਤੇਮਾਲ ਕਰ ਰਹੇ ਨੇ। ਇਸ ਤੋਂ ਇਲਾਵਾ ਇੱਕ ਹਰਿਆ ਭਰਿਆ ਜਿਹੜਾ ਹੈ ਪੰਜਾਬ ਦਾ ਜਿਹੜੇ ਖੇਤ ਨੇ ਉਹ ਇੱਥੇ ਨਜ਼ਰ ਆ ਰਹੇ ਨੇ। ਉਮੀਦ ਕਰਦੇ ਹਾਂ ਕਿ ਹੋਰ ਵੀ ਕਿਸਾਨ ਪ੍ਰਭਾਵਿਤ ਹੋਣਗੇ, ਤਾਂ ਕਿ ਇਸ ਤਰ੍ਹਾਂ ਖੇਤੀ ਕੀਤੀ ਜਾਵੇ ਤਾਂ ਪੰਜਾਬ ਨੂੰ ਇੱਕ ਰੰਗਲਾ, ਸਾਫ਼ ਸੁਥਰਾ ਅਤੇ ਹਰਿਆ ਭਰਿਆ ਪੰਜਾਬ ਬਣਾਇਆ ਜਾ ਸਕੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।